1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਬੁੱਧਵਾਰ ਨੂੰ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਨੂੰ CBI ਨੇ ਕਲੀਨ ਚਿੱਟ ਦੇ ਦਿੱਤੀ। ਦੱਸਿਆ ਜਾ ਰਿਹਾ ਕਿ CBI ਨੂੰ ਜਗਦੀਸ਼ ਟਾਈਟਲਰ ਦੇ ਖਿਲਾਫ਼ ਕੋਈ ਵੀ ਸਬੂਤ ਨਹੀਂ ਮਿਲਿਆ, ਜਿਸ ਕਰਕੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ। 1984 ਸਿੱਖ ਵਿਰੋਧੀ ਦੰਗਿਆਂ ਦੇ ਵਕੀਲ HS ਫੂਲਕਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਗਦੀਸ਼ ਟਾਈਟਲਰ ਨੂੰ CBI ਨੇ ਦਸੰਬਰ 'ਚ ਹੀ ਕਲੀਨ ਚਿੱਟ ਦੇ ਦਿੱਤੀ ਸੀ ਅਤੇ ਇਸ ਮਾਮਲੇ 'ਚ CBI ਕਲੋਜ਼ਰ ਰਿਪੋਰਟ ਵੀ ਦਾਖਲ ਕਰ ਚੁੱਕੀ ਹੈ, ਪਰ ਇਸ ਦੀ ਜਾਣਕਾਰੀ ਆਮ ਲੋਕਾਂ ਨੂੰ ਨਹੀਂ ਦਿੱਤੀ ਗਈ। ਥਰੂ ਆਊਟ ਇਹ ਮੈਟਰ ਥਾ ਜੋ ਪੂਰੇ ਕਾ ਪੂਰਾ ਸੀਕਰਟ ਰੱਖਾ ਗਿਆ, ਨਾ ਕੰਪਲੇਨੈਂਟ ਕੋ ਮਾਲੂਮ ਹੈ, ਨਾ ਵਿਕਟਿਮਸ ਕੋ ਮਾਲੂਮ ਹੈ, ਨਾ ਵਿਕਟਿਮਸ ਕੇ ਲਾਅਰਸ ਕੋ ਮਾਲੂਮ ਹੈ। ਜੇ ਇਸ ਤਰ੍ਹਾਂ ਸੇ ਸੀਕਰਟਲੀ ਇਸਕੋ ਕਲੀਨ ਚਿੱਟ ਦੀ ਗਈ, ਬਹੁਤ ਹੀ ਜੇ ਅਫਸੋਸ ਕੀ ਬਾਤ ਹੈ। ਜਬ ਇਹ UPA ਕੀ ਸਰਕਾਰ ਨੇ 2009 ਮੇਂ ਕਲੀਨ ਚਿੱਟ ਦੀ ਸੀ, ਤੋ ਜੇ ਭਾਜਪਾ ਔਰ ਅਕਾਲੀ ਦਲ ਨੇ ਜੇ ਹੰਗਾਮਾ ਖੜਾ ਕੀਆ ਥਾ ਪਾਰਲੀਮੈਂਟ ਮੇਂ, ਪਾਰਲੀਮੈਂਟ ਰਿਜਨ ਕਰਾਈ ਸੀ। ਜਬ ਇਨਕੀ ਆਪਣੀ ਸਰਕਾਰ ਆ ਗਈ ਤੋ ਵਹੀ ਉਸੀ ਤਰ੍ਹਾਂ ਸੇ ਫਿਰ ਕਲੀਨ ਚਿੱਟ ਮਿਲਨੇ ਪੇ, ਜੇ ਲੋਕੋ ਕੋ ਬਤਾਨਾ ਵੀ ਨਹੀਂ, ਚੁੱਪ ਛੁਪੀ ਤੇ ਚਾਹਤੇ ਹੈ ਕਿ ਕੋਰਟ ਐਕਸੈਪਟ ਕਰ ਲੇ ਔਰ ਜਗਦੀਸ਼ ਟਾਈਟਲ ਕੋ ਛੋੜ ਦਿਆ ਜਾਏ। ਉਹਨਾਂ ਕਿਹਾ ਕਿ ਇਸ ਸੰਬੰਧ 'ਚ ਅਕਾਲੀ ਦਲ ਅਤੇ ਗੁਰਦੁਆਰਾ ਕਮੇਟੀ ਨੂੰ ਖਬਰ ਸੀ, ਪਰ ਲੋਕ ਸਭਾ ਚੋਣਾਂ ਦੇ ਵਿੱਚ ਇਹ ਮੁੱਦਾ ਲੋਕਾਂ ਦੇ ਸਾਹਮਣੇ ਲਿਆਉਣਾ ਉਹਨਾਂ ਠੀਕ ਨਹੀਂ ਸਮਝਿਆ। ਬਿਊਰੋ ਰਿਪੋਰਟ, ਪੈਰਾਡਾ TV।